ਠੰਡੀ ਹੈ ਤੇ ਜੀ ਤੋਂ ਪਤਾ ਲੱਗਣ ਡਿਆ ਵੀ ਨਿਹੰਗ ਸਿੰਘ ਹੈ ਨਿਹੰਗ ਸਿੰਘ ਦੇ ਬਾਣੇ ਜੀ ਦੋ ਜਣੇ ਇੱਕ ਹੋਟਲ 'ਚ ਕੰਮ ਕਰਨ ਵਾਲਾ ਬੰਦਾ ਹੈ ਜਿਹਦੇ ਵੱਲੋਂ ਇਹ ਕਤਲ ਕੀਤਾ ਗਿਆ ਦੋ ਜਣੇ ਮੱਥਾ ਟੇਕਣ ਗਏ ਦਰਬਾਰ ਤੇ ਪਰਿਵਾਰ 'ਚ ਕੌਣ ਕੌਣ ਪਰਿਵਾਰ 'ਚ ਪੰਜ ਭੈਣਾਂ ਦੇ ਦੋ ਭਰਾ ਹੀ ਹੈ ਇਹ ਤਾਂ ਪੂਰਾ ਹੋ ਗਿਆ ਬਾਹਰ ਜਾਣਾ ਇਸ ਕਹਿੰਦੇ ਹਾਂਜੀ ਥੋੜ੍ਹੇ ਹੀ ਦਿਨ ਭਾਈ ਇਹਨੂੰ ਬਾਹਰ ਚੱਲ ਜਾਣਾ ਹਾਂ ਹੱਥ 'ਚ ਕੀ ਫੜਿਆ ਆਹ ਵੇਖ ਲਾ ਫੋਨ 'ਚੋਂ ਆਹ ਬੰਦਾ ਇਹਦੇ ਨਾਲ ਆ मेरा नाम शरणजीत सिंह है मैं पिंड चाटी पिंड रहा मेरा नाम हरपंजीत सिंह गल तो अभी पता लगे तबदीत चलन डी है तबदीत तो पता लगन डी निहंग सिंह है निहंग सिंह के बाने जी दो जने एक होटल च काम करने वाला बंदा है जिहदे वल्लों कतल किया गया दो जने फड़े गए उन्हें रिमांड दिता गया मत्था टेकन गया दरबार परिवार पांच भैणा दे दो भरा ही हैं ये तो पूरा हो गया बाहर जाने इस कहंदे हां जी थोड़े ही दिन भाई ने बाहर चल जाना कहंदे कि बाहर जा रहे चक्कर दे मत्था टेकन गए हां जी मत्था टेकन गए गुरुद्वारे जांदा हुंदा है पर एक जी सीसीटीवी बाहर लाई उधर बड़े देखती गाना तड़ा देखी कि लड़की दा है ते चलो लाऊंगा ये कुड़ी ए भाई कुड़ी वल्लों रोका जांदा है ਇਹ ਪਲੈਨਿੰਗ ਬਣਾ ਕੇ ਕੀ ਕੰਮ ਕੀਤਾ ਗਿਆ ਪੂਰਾ ਕਿਉਂਕਿ ਜਿਹੜਾ ਹੋਟਲ ਦਾ ਜਿੱਤ ਕੰਮ ਕਰਨ ਵਾਲਾ ਉਹਨੇ ਉਹਨਾਂ ਦੇ ਇਤਲਾਹ ਦਿੱਤੀ ਆ ਜਿਹੜੇ ਨਿਹੰਗ ਸਿੰਘ ਨੇ ਹਮਲਾ ਕੀਤਾ ਪਹਿਲਾਂ ਉਹਨੇ ਉਹਨਾਂ ਦੀ ਇਤਲਾਹ ਦਿੱਤੀ ਆ ਵੀ ਇੱਥੇ ਫਿਰ ਹੀ ਉਹਨਾਂ ਪੁਲਿਸ ਵਾਲਿਆਂ ਨੇ ਫੜਿਆ ਗਿਆ ਲੱਗਦਾ ਕਿ ਜ਼ਿਆਦਾ ਰੋਲ ਹੀ ਉਹਦਾ ਹਾਂਜੀ ਰੋਲ ਹੀ ਉਹਦਾ ਪਲੈਨਿੰਗ ਕਰਕੇ ਮਾਰਿਆ ਗਿਆ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਵੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਗਰੀਬ ਪਰਿਵਾਰ ਨੂੰ ਧੱਕਾ ਲੱਗਦਾ ਕਿ ਜਿਹੜੇ ਤੋਲਾਂ ਆਈਆਂ ਹਰਜੀਤ ਨੂੰ ਜਾਂ ਉਸ ਲੜਕੀ ਨੂੰ ਪੁੱਛ ਗਿੱਛ ਹੋਣੀ ਚਾਹੀਦੀ ਹੈ ਉਸ ਦੇ ਵੱਲੋਂ ਕਿਉਂਕਿ ਉਹ ਸਾਰਾ ਕੁਝ ਦੱਸ ਸਕਦੀ ਕਿ ਮੌਕੇ ਤੋਂ ਹੋਇਆ ਕੀ ਸੀ ਹਾਂਜੀ ਇਸੇ ਇਹੀ ਗੱਲ ਹੈ ਨਾ ਕਿ ਪਹਿਲਾਂ ਲੜਕੀ ਨੂੰ ਫੜਿਆ ਜਾਵੇ ਪਹਿਲਾਂ ਲੜਕੀ ਤੋਂ ਪਤਾ ਲੱਗ ਸਕੇ ਕਿ ਇਹ ਗੱਲ ਤੋਂ ਰੋਕਿਆ ਤੇ ਕੀ ਗੱਲ ਹੋਈ ਹੈ ਜਿਹੜਾ ਨਸ਼ੇ ਦਾ ਰੋਗ ਲੱਗ ਰਿਹਾ ਸੀ ਜਿਹੜੇ ਨਸ਼ਾ ਕਰਦਾ ਸੀ ਕੀ ਦੱਸ ਭਾਜੀ ਮੌਕੇ ਤੋਂ ਪੁਲਿਸ ਵੱਲੋਂ ਐਸਐਚਓ ਵੱਲੋਂ ਕੋਈ ਵੀ ਉਹਦੇ ਕੋਲੋਂ ਚੀਜ਼ ਬਰਾਮਦ ਨਹੀਂ ਤੁਸੀਂ ਐਸਐਚਓ ਨਾਲ ਇੰਟਰਵਿਊ ਲੈ ਸਕਦੇ ਪੋਸਟਮਾਰਟਮ ਰਿਪੋਰਟ ਉਹਦੀ ਕੱਢ ਸਕਦੇ ਹੋ ਕੁਝ ਕੁਝ ਹੈ ਨਹੀਂ ਕੁਝ ਲੱਗਦਾ ਕਿ ਕੇਸ ਨੂੰ ਦਬਾਇਆ ਜਾ ਰਿਹਾ ਪੁਲਿਸ ਨਹੀਂ ਹਾਂਜੀ ਭਾਜੀ ਇਹ ਪੁਲਿਸ ਵੱਲੋਂ ਨਹੀਂ ਇਹ ਜਿਹੜਾ ਜਿਹਨੇ ਕਤਲ ਕੀਤਾ ਉਹਦੇ ਲਈ ਪਹਿਲਾਂ ਇੰਟਰਵਿਊ ਦਿੱਤਾ ਗਿਆ ਗਲਤ ਇੰਟਰਵਿਊ ਦਿੱਤਾ ਗਿਆ ਵੀ ਕੇਸ ਉਲਟ ਹੋ ਗਏ ਇਹ ਕੇਸ ਦਾ ਪਰਚਾ ਨਾ ਬਣ ਸਕੇ ਉਲਟ ਕਰਕੇ ਕੋਸ਼ਿਸ਼ ਕੀਤੀ ਗਈ ਇਹਨੂੰ ਸਾਜੇ ਤਹਿਤ ਮਾਰਿਆ ਗਿਆ ਪਹਿਲਾਂ ਪਲੈਨਿੰਗ ਬਣਾ ਕੇ ਮਾਰਿਆ मैं अपने भतीजे के घर आया जी मेरा भतीजे का बहुत ज़्यादा जुल्म होया निहंग सिंह का बाणा पा के नजायज मारा गया जी बहुत गरीब परिवार है जी इन्हों नसाफ होना चाहिए जिम्मेवारी बड़ी ही पांच भैन ही 20,000 रुपया मुंडा तनखा लिंदा दाल दाल वाले कारखाने काम करता है इन्हों निहंग सिंह का बाणा पा के सानू निहंगा सिंघा नू बहुत ज़्यादा बदनाम कर रहा जी इन्हां नू फड़िया जाना चाहिए इन्हां नू कठड़ी सज़ा मिलनी चाहिए आ इन्हां तो वध तो वध इन्हां नू सज़ा मिलनी चाहिए है जी कहते कि हरमजीत ने 17 तरीक नू बाहर जाना सी घर दी गरीबी दूर करना सी इन्हें 17 तरीक नू अपना वीजा कटाया है जी इन्हें बाहर जाना है अपनी घर दी गरीबी नू दूर करने वास्ते ते इन्हां ने नजायज दरबार साहब जाण नू मुंडा घरों गया वा ते नजायज मुंडे नू मार दिता गया वा कोई मुंडा नशा नहीं करता कोई उहदा बाप नहीं करता कोई घर परिवार चों कोई नशा नहीं करता नशे की तूमत ला के निहंगा सिंघा का बाणा पा के मुंडे नू नजायज मारिया गया निहंगा सिंघा नू निहंगा सिंघा नू चोला पा के बदनाम किया गया जी निहंग सिंह गुरु महाराज दियां लाड़लियां फौजां जी निहंगा सिंघा ने भला करना जी ਨਿਹੰਗਾ ਸਿੰਘਾਂ ਨੂੰ ਕੋਈ ਕਿਸੇ ਦੇ ਨਾਲ ਤਕਲੀਫ ਨਹੀਂ ਹੈ ਜੀ ਲੱਗਦਾ ਕਿ ਕਾਰਵਾਈ ਹੋਣੀ ਚਾਹੀਦੀ ਇਹਨਾਂ ਉੱਪਰ ਇਹਨਾਂ ਦੇ ਉੱਤਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਲਦ ਤੋਂ ਜਲਦ ਫੜੇ ਹੋਣ ਜਾਣੇ ਚਾਹੀਦੇ ਪੁਲਿਸ ਮੁਲਾਜ਼ਮਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਜੇ ਇਹੋ ਜਿਹੇ ਬਦਹਕਾਰੀਆਂ ਨੂੰ ਨਾ ਫੜਨਗੇ ਤੇ ਹੋਰ ਵੀ ਖਤਰਨਾਕ ਸਮਾਂ ਆ ਸਕਦਾ ਦਿਨ ਦਾ ਰਿਮਾਂਡ ਮਿਲਿਆ ਟੋਟਲ 3 ਦੋਸ਼ੀ ਹੀ ਤੇ ਉਹਨਾਂ ਚੋਂ 2 ਗ੍ਰਿਫਤਾਰ ਹੋ ਚੁੱਕੇ ਆ ਤੇ ਅਸੀਂ ਰਿਮਾਂਡ ਦੌਰਾਨ ਕੋਸ਼ਿਸ਼ ਕਰਾਂਗੇ ਕਿ ਤੀਸਰੇ ਦੋਸ਼ੀ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਿਰਫ 2 ਦਿਨ ਦਾ ਰਿਮਾਂਡ ਮਿਲਿਆ ਜੀ ਜੀ 2 ਦਿਨ ਦਾ
ठीक है सर।